ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਤਿਆਰੀ ਦੇ ਅਧੀਨ ਟੈਕਸਟ ਬੁੱਕ ਦੇ ਕੁਸਚਨ ਹੈ ਜਿਹੜੇ ਉਹ ਹੱਲ ਕਰਨੇ ਸ਼ੁਰੂ ਕੀਤੇ ਸੀ 5ਵੀਂ ਜਮਾਤ ਦੇ। ਤਾਂ ਹੁਣ ਬੇਟਾ ਆਪਾਂ ਅਧਿਆਇ 1.1 ਦਾ ਪਹਿਲਾ ਸਵਾਲ ਕਰ ਲਿਆ ਸੀ, ਹੁਣ ਆਪਾਂ ਬੇਟਾ 2 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਧਿਆਨ ਦੇ ਨਾਲ ਦੇਖਣਾ ਤੁਸੀਂ, ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਣੀ ਤੇ ਦਰਸਾਓ। ਤਾਂ ਬੇਟਾ ਸਥਾਨਕ ਮੁੱਲ ਸੰਖਿਆ ਦਾ ਸਥਾਨ ਗ੍ਰਹਿਣ ਕਰਨ ਕਰਕੇ ਹੁੰਦਾ ਹੈ, ਠੀਕ ਹੈ। ਤਾਂ ਬੇਟਾ ਸਥਾਨਕ ਮੁੱਲ ਸਾਰਣੀ ਦੇ ਲਈ ਅਸੀਂ ਲਿਖ ਲੈਂਦੇ 1, 2, 3, 4, 5, 6, 7, 8, 9, 10, 1,000, 10,000, 1,00,000, 10,00,000, ਜਿਵੇਂ ਜਿਵੇਂ ਅੱਗੇ ਚੱਲੀ ਜਾਂਦਾ ਕਰੋੜ, 10 ਕਰੋੜ, ਇਹ ਫਿਰ ਚੱਲੀ ਜਾਣਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਬੇਟਾ ਆਪਾਂ ਏ ਪਾਰਟ ਕਰਦੇ ਹਾਂ। ਏ ਸਵਾਲ ਦੇ ਵਿੱਚ ਇਹ ਕਿੰਨਾ, 21 ਸਥਾਨ ਤੇ ਕਿੰਨਾ, 8, ਠੀਕ ਹੈ। ਦਹਾਈ ਸਥਾਨ ਤੇ 6, ਸੈਂਕੜਾ ਸਥਾਨ ਤੇ ਫਿਰ 8, ਤੇ 1,000 ਸਥਾਨ ਤੇ ਕਿੰਨਾ, 3, ਠੀਕ ਹੈ ਬੇਟਾ। ਤਾਂ ਇਹ ਸਥਾਨਕ ਮੁੱਲ ਸਾਰਣੀ ਦੇ ਉੱਤੇ ਆ ਗਿਆ, ਠੀਕ ਹੈ, ਸਾਰਣੀ ਤੇ ਦਰਸਾਤਾ, ਇਹ ਬਣ ਗਿਆ 3,868, ਠੀਕ ਹੈ। ਤਾਂ ਅੱਗੇ ਆਪਾਂ ਬੀ ਭਾਗ ਦਾ ਕਰਦੇ ਹਾਂ। ਬੀ ਭਾਗ 'ਚ 21 ਸਥਾਨ ਤੇ ਕਿੰਨਾ, 5, ਦਹਾਈ ਸਥਾਨ ਤੇ 0, ਸੈਂਕੜਾ ਸਥਾਨ ਤੇ 6, 1,000 ਸਥਾਨ ਤੇ 7, ਤੇ 10,000 ਸਥਾਨ ਤੇ 1, ਠੀਕ ਹੈ। ਆ ਜਿਹੜਾ ਆ ਗਿਆ ਬੇਟਾ ਇਹ ਸਥਾਨਕ ਮੁੱਲ ਸਾਰਣੀ ਆ। ਆਪਾਂ ਕਿਸੇ ਦਾ ਵੀ ਦੱਸਣਾ ਹੋਵੇ ਵੀ ਇਹਦਾ ਸਥਾਨਕ ਮੁੱਲ ਕਿੰਨਾ, ਜੇ 6 ਦਾ ਸਥਾਨਕ ਮੁੱਲ ਦੱਸਣਾ ਹੋਵੇ ਤਾਂ 6 ਨੂੰ ਬਾਹਰ ਕੱਢ ਕੇ ਜਿੰਨੇ ਇਹ ਸੈਂਕੜੇ ਸਥਾਨ ਤੇ ਆ ਨਾ, ਤੇ ਸੈਂਕੜੇ 100 ਨਾਲ ਗੁਣਾ ਕਰ ਦਿੰਦੇ ਆ, ਜਾਂ ਇਧਰਲੇ ਪਾਸੇ ਜਿੰਨੇ ਅੰਕ ਬਣਦੇ ਆ ਦਹਾਈ ਤੇ 21 ਦੀ ਜਗ੍ਹਾ ਤੇ 0 ਲਾ ਦਾਂਗੇ, 600 ਆ ਜਾਂਦਾ, ਠੀਕ ਹੈ। ਫਿਰ ਬੇਟਾ ਆਪਾਂ ਆ ਸੀ ਪਾਰਟ ਕਰਦੇ ਆ। ਇਕਾਈ ਸਥਾਨ ਤੇ 3, ਦਹਾਈ ਸਥਾਨ ਤੇ 2, ਸੈਂਕੜਾ ਸਥਾਨ ਤੇ 1, 1,000 ਸਥਾਨ ਤੇ ਵੀ 1, ਤੇ 10,000 ਸਥਾਨ ਤੇ 4। ਜੇ ਬੇਟਾ ਇਹਦੇ 'ਚੋਂ ਆਪਾਂ ਪੜ੍ਹਨਾ ਹੋਵੇ ਕਿਸੇ ਨੂੰ ਮੁੱਲ, ਆਪਾਂ 3 ਤੋਂ ਬਾਅਦ ਕੌਮਾ ਲਾ ਕੇ ਬਣ ਗਿਆ 41,123। ਮੈਂ ਤੁਹਾਨੂੰ ਦੱਸਿਆ ਸੀ 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ, ਇਸ ਤਰ੍ਹਾਂ ਚੱਲਦੇ ਆ। ਫਿਰ ਬੇਟਾ ਆਪਾਂ ਆ ਲਿਖਦੇ ਹਾਂ, ਡੀ ਭਾਗ ਲਿਖਦੇ ਹਾਂ। ਡੀ ਭਾਗ ਦੇ ਲਈ 21 ਸਥਾਨ ਤੇ 6, ਦਹਾਈ ਸਥਾਨ ਤੇ 5, ਸੈਂਕੜਾ ਸਥਾਨ ਤੇ 8, 1,000 ਸਥਾਨ ਤੇ 2, 10,000 ਸਥਾਨ ਤੇ 9 ਆ ਗਿਆ, ਠੀਕ ਹੈ ਬੇਟਾ। ਤਾਂ ਇਸੇ ਤਰ੍ਹਾਂ ਇਹ ਬਣ ਗਿਆ 92,856। ਇਹ 6 ਇਕਾਈਆਂ, ਇਹਦੇ ਵਿੱਚ 5 ਦਹਾਈਆਂ, 8 ਸੈਂਕੜੇ ਆ, 2,000 ਆ, ਤੇ 9 10,000 ਹੈਗੇ ਆ। ਕਿਸੇ ਦਾ ਵੀ ਮੁੱਲ ਪਤਾ ਕਰਨਾ ਤਾਂ ਉਹਨੂੰ ਉਨੇ ਨਾਲ ਹੀ ਗੁਣਾ ਕਰ ਦੇਣੀ, ਜਾਂ ਉਹਨੂੰ ਬਾਹਰ ਕੱਢ ਕੇ ਸਥਾਨਕ ਮੁੱਲ ਆ ਜਿਹੜਾ ਉਨੀਆਂ ਹੀ ਜ਼ੀਰੋਆਂ ਆ ਜਾਣੀਆਂ। ਡੀ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਈ ਭਾਗ ਆ ਗਿਆ। ਈ ਭਾਗ ਦੇ ਵਿੱਚ ਬੇਟਾ ਆਹ ਆ ਗਿਆ 21 ਸਥਾਨ ਤੇ 3, ਦਹਾਈ ਸਥਾਨ ਤੇ 0, ਸੈਂਕੜਾ ਸਥਾਨ ਤੇ 2, 1,000 ਸਥਾਨ ਤੇ 0, ਤੇ 10,000 ਸਥਾਨ ਤੇ 2 ਆ ਗਿਆ, ਠੀਕ ਹੈ। ਈ ਤੋਂ ਬਾਅਦ ਦੇ ਵਿੱਚ ਆਖਰੀ ਸਵਾਲ ਆ ਗਿਆ, 2 ਨੰਬਰ ਦਾ ਪਾਰਟ ਐਫ ਆ ਗਿਆ। ਐਫ ਭਾਗ ਨੂੰ ਵੀ ਇਸੇ ਤਰ੍ਹਾਂ ਹੀ ਬੇਟਾ ਸੱਜੇ ਹੱਥੋਂ ਖੱਬੇ ਹੱਥ 8 21 ਸਥਾਨ ਦੇ ਉੱਤੇ ਹੈ, 2 ਦਹਾਈ ਸਥਾਨ ਦੇ ਉੱਤੇ ਹੈ, 7 ਸੈਂਕੜਾ ਸਥਾਨ ਤੇ ਹੈ, 9,000 ਸਥਾਨ ਤੇ ਹੈ, ਤੇ ਆਹ 9, 10,000 ਸਥਾਨ ਤੇ ਆ, ਠੀਕ ਹੈ। ਤਾਂ ਆਹ ਬੇਟਾ ਸਥਾਨਕ ਮੁੱਲ ਸਾਰਣੀ ਦੇ ਉੱਤੇ ਅਸੀਂ ਸਾਰੇ
ਲਿਖ ਦਿੱਤੇ। ਹੁਣ ਤੁਸੀਂ ਕਿਸੇ ਵੀ ਅੰਕ ਦਾ ਸਥਾਨਕ ਮੁੱਲ ਦੱਸਣਾ। ਜੇ 7 ਦਾ ਸਥਾਨਕ ਮੁੱਲ ਹੈ ਤਾਂ ਸੈਂਕੜੇ ਸਥਾਨ 'ਤੇ ਬੈਠਾ ਹੋਣ ਕਰਕੇ 7 ਦਾ ਸਥਾਨਕ ਮੁੱਲ 700 ਆਊਗਾ, ਜਾਂ ਸੈਂਕੜਾ ਹੋਣ ਕਰਕੇ 7 ਗੁਣਾ 100 ਕਰ ਦਾਂਗੇ। ਜੇ 1000 ਵਾਲੇ ਆ 9 ਦਾ ਸਥਾਨਕ ਮੁੱਲ 9 ਗੁਣਾ 1000 9000 ਆਊਗਾ, ਜਾਂ 9 ਨੂੰ ਬਾਹਰ ਕੱਢ ਕੇ ਸੱਜੇ ਹੱਥ ਜਿੰਨੇ ਆ ਬਣਦੇ ਪਏ ਅੰਕ ਹੈਗੇ ਉਹਦੀਆਂ ਉਨੀਆਂ ਹੀ ਜੀਰੋਆਂ ਲੱਗ ਜਾਣੀਆਂ। ਸੋ ਇਹ ਬੇਟਾ ਆਪਾਂ ਸਥਾਨਕ ਮੁੱਲ ਸਾਰਨੀ ਦੇ ਉੱਤੇ ਸੰਖਿਆਵਾਂ ਜਿਹੜੀਆਂ ਲਿਖ ਦਿੱਤੀਆਂ। ਇਦੂ ਬਾਅਦ ਦੇ ਵਿੱਚ ਬੇਟਾ ਆਪਾਂ ਅਗਲਾ ਸਵਾਲ ਚੈੱਕ ਕਰਦੇ ਹਾਂ। ਅਗਲੇ ਸਵਾਲ ਦੇ ਵਿੱਚ ਕੀ ਪੁੱਛਦਾ ਪਿਆ ਹੈ? ਇਹ 3 ਨੰਬਰ ਸਵਾਲ 'ਚ ਆ ਗਿਆ, ਸ਼ਬਦਾਂ ਦੇ ਵਿੱਚ ਲਿਖੋ। ਮੈਂ ਤੁਹਾਨੂੰ ਦੱਸਿਆ ਸੀ ਵੀ 3 ਤੋਂ ਬਾਅਦ ਕੌਮਾ ਲਾ ਦੇਣਾ, ਫਿਰ ਸਾਨੂੰ ਸ਼ਬਦਾਂ 'ਚ ਲਿਖਣਾ ਸੌਖਾ ਰਹੂਗਾ। ਇੱਧਰੋਂ ਵੀ ਸੱਜੇ ਤੋਂ ਇੱਧਰੋਂ 3 ਤੋਂ ਬਾਅਦ ਕੌਮਾ, ਇੱਧਰ ਵੀ 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ ਹੁੰਦਾ, ਠੀਕ ਹੈ। 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ, 3 ਬਾਅਦ ਕੌਮਾ, ਫਿਰ 2 ਬਾਅਦ, 3 ਬਾਅਦ ਕੌਮਾ, ਫਿਰ 2 ਬਾਅਦ, 3 ਬਾਅਦ ਕੌਮਾ, ਫਿਰ 2 ਬਾਅਦ, ਠੀਕ ਹੈ ਬੇਟਾ। ਤਾਂ ਬੇਟਾ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਸ਼ਬਦਾਂ ਦੇ ਵਿੱਚ ਲਿਖਣਾ ਆਹ, ਇਹਨੂੰ ਕਿਵੇਂ ਪੜ੍ਹਾਂਗੇ? 2462 ਤਾਂ ਇਹ ਭਾਗ ਨੂੰ ਕਿਵੇਂ ਲਿਖਾਂਗੇ? ਦੋ ਹਜ਼ਾਰ 462, ਠੀਕ ਹੈ ਬੇਟਾ। ਇਹਨੂੰ ਕਿਵੇਂ ਲਿਖਾਂਗੇ? ਬੀ ਪਾਰਟ ਨੂੰ 8988, 8988, ਠੀਕ ਹੈ ਬੇਟਾ। ਕੋਈ ਔਖਾ ਕੰਮ ਤਾਂ ਹੈ ਨਹੀਂ ਗਾ। ਅੱਗੇ ਬੇਟਾ ਆਹ ਕੌਮਿਆਂ ਦੇ ਵਿੱਚ ਆਪਾਂ ਇਕੱਠੀ ਪੜ੍ਹਨੀ ਹੈ ਰਕਮ। 21, ਦਹਾਈ, ਸੈਂਕੜਾ, 1000, 10000, 19050, ਸੀ ਭਾਗ ਦੇ ਵਿੱਚ ਕੀ ਲਿਖਾਂਗੇ? 19050, ਠੀਕ ਹੈ ਬੇਟਾ। ਅੱਗੇ 33006, ਡੀ ਭਾਗ ਦੇ ਵਿੱਚ ਕੀ ਬਣਦਾ ਪਿਆ? 33006, ਈ ਭਾਗ ਦੇ ਵਿੱਚ 20198, 20198, ਠੀਕ ਹੈ। ਅਤੇ ਐਫ ਭਾਗ ਦੇ ਵਿੱਚ 59045, 59045, 59045, ਠੀਕ ਹੈ। ਅਤੇ ਆ ਬੇਟਾ ਜੀ ਆਖਰੀ ਭਾਗ ਹੈ ਇਹਦਾ, 68000, ਕੌਮਿਆਂ 'ਚ ਵੱਖਰੀ ਪੜ੍ਹਨੀ ਨਾ, 68390, ਤਾਂ ਜੀ ਭਾਗ ਦੇ ਵਿੱਚ 68000
ਤਿੰਨ ਸੌ ਨੱਬੇ। ਤਾਂ ਬੇਟਾ ਇਹ ਸੀਗਾ ਇਹਦਾ ਜੀ ਭਾਗ। ਇਹਦੇ ਨਾਲ ਹੀ ਤਿੰਨ ਨੰਬਰ ਪਾਰਟ ਵੀ ਸਾਡਾ ਕੰਪਲੀਟ ਹੋ ਜਾਂਦਾ ਹੈ। ਤੁਹਾਨੂੰ ਪਤਾ ਲੱਗ ਗਿਆ ਵੀ ਰਕਮਾਂ ਨੂੰ ਕਿਵੇਂ ਪੜ੍ਹਨਾ ਅਤੇ ਕਿਵੇਂ ਆਪਾਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਲਿਖਣਾ ਆ। ਅਤੇ ਸੋ ਬੇਟਾ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।